ਅਸਲਾਮ ਵਾਲੇਕੁਮ ਵਰਹਮਤੁਲਾ ਵਬਰਕਾਤੁਹ। ਮੇਰੇ ਪਿਆਰੇ ਪਿਆਰੇ ਸੱਜਣੋ, ਬੇਲੀਓ, ਮਿੱਤਰੋ, ਭੈਣਾਂ ਅਤੇ ਭਰਾਓ, ਤੁਸੀਂ ਪੰਜਾਬੀ ਚੈਨਲ ਦੇਖ ਰਹੇ ਹੋ ਫਰਿਆਦ ਮਹਿਮੂਦ। ਮੈਂ ਤੁਹਾਡਾ ਮੇਜ਼ਬਾਨ ਸ਼ਰਫਤ ਅਲੀ ਰਹਿਮਾਨੀ। ਹੋਰ ਸੱਜਣੋ, ਕੀ ਹਾਲ ਚਾਲ ਹੈ? ਠੀਕ ਹੋ? ਅੱਲਾਹ ਤਾਲਾ ਸਭ ਨੂੰ ਰੱਖੇ ਠੀਕ ਅਤੇ ਖੈਰ ਖਰੀਅਤ ਰੱਖੇ। ਸੱਜਣੋ, ਕਾਰੋਬਾਰ ਕਰਨਾ, ਮਿਹਨਤ ਕਰਨੀ, ਇਹ ਇੱਕ ਆਬਾਦਤ ਹੈ। ਪਹਿਲਿਆਂ ਵਕਤਾਂ ਦੇ ਵਿੱਚ ਹੋਣੀਆਂ ਵਰਤ ਹੁੰਦੀਆਂ ਸਨ, ਅਣਹੋਣੀ ਵੀ ਆਖਿਆ ਜਾਂਦਾ ਉਹਨੂੰ, ਆਮ ਪੰਜਾਬੀ 'ਚ ਹੋਣੀ ਆਖ ਲੈਂਦੇ ਨੇ। ਇੱਕ ਜੱਟ ਬੰਦਾ ਸੀ, ਜ਼ਿਮੀਂਦਾਰ ਬੰਦਾ ਸੀ, ਵਾਹਵਾ ਸੌਖਾ ਅਤੇ ਕਾਰੋਬਾਰ ਚੰਗਾ ਸੀ, ਠੀਕ ਠਾਕ ਲੈਣ ਲਾਟ ਬੰਦਾ ਸੀ ਉਹ। ਅਤੇ ਉਹਦੇ 'ਤੇ ਇੱਕ ਦਿਨ ਹੋਣੀ ਆਈ। ਇੱਕ ਬਾਅਦ ਸ਼ਕਲ ਉਹਦੇ ਸਾਹਮਣੇ ਤਸਵੀਰ ਆਈ, ਉਹ ਵੇਖ ਕੇ ਪੁੱਛਦਾ ਹੈ, ਕੌਣ ਹੈ ਤੂੰ, ਕੀ ਸ਼ੈ? ਉਹਨੇ ਆਵਾਜ਼ ਦਿੱਤੀ, ਉਹਨੇ ਆਖਿਆ, ਮੈਂ ਅਣਹੋਣੀ ਅਤੇ ਤੇਰੇ 'ਤੇ ਵਰਦ ਹੋਣ ਆਈ ਹਾਂ। ਉਹਨੇ ਆਖਿਆ, ਇਵੇਂ ਨਾ ਕਰ, ਮੇਰੇ 'ਤੇ ਵਰਦ ਨਾ ਆਜਿਓ। ਕਿਉਂ? ਉਹਨੇ ਆਖਿਆ, ਮੈਨੂੰ ਅਜੇ ਕੋਈ ਥੋੜ੍ਹਾ ਜਿਹਾ ਕਾਰੋਬਾਰ ਨੇ, ਕੰਮਕਾਰ ਨੇ, ਅਤੇ ਅਜੇ ਮੇਰੇ 'ਤੇ ਵਰਦ ਨਾ ਆਓ। ਉਹ 10 ਦਿਨ, 4 ਦਿਨ, ਮਹੀਨਾ ਮੈਨੂੰ ਮੁਹਲਤ ਦੇ। ਉਹਨੇ ਆਖਿਆ, ਚਲੋ ਠੀਕ ਹੈ, ਤੈਨੂੰ ਮੈਂ ਮਹੀਨਾ ਮੁਹਲਤ ਦੇ ਦਿੰਦੀ ਹਾਂ। ਬਹਰਹਾਲ ਗੱਲ ਇਹ ਕਿ ਜਦੋਂ ਹੁਣ ਮੈਂ ਤੇਰੇ 'ਤੇ ਆਵਾਂਗੀ ਨਾ, ਮੈਂ ਬਿਲਕੁਲ ਇੱਕ ਔਰਤ ਬਣ ਕੇ ਔਰਤ ਦੀ ਸ਼ਕਲ 'ਚ ਤੇਰੇ ਸਾਹਮਣੇ ਆਵਾਂਗੀ। ਅਗਰ ਠੀਕ ਹੈ ਤਾਂ ਤੂੰ ਮੈਨੂੰ ਪਹਿਚਾਣ ਲਈ। ਠੀਕ ਹੈ ਜੀ, ਕਰਜ਼ਾ ਕਰਾਂਦਾ ਸੱਜਣੋ, ਉਹਦਾ ਟਾਈਮ ਆਇਆ, ਮਹੀਨਾ ਗੁਜ਼ਰਿਆ। ਜਿਹੜੇ ਦਿਨ ਉਸ ਅਣਹੋਣੀ ਨੇ ਆਉਣਾ ਸੀ, ਉਸ ਦਿਨ ਕੀ ਹੋਇਆ, ਉਹ ਜੱਟ ਦੀ ਨੂੰਹ ਜਿਹੜੀ ਹੈ ਨਾ, ਉਹ ਰੋਟੀ ਲੈ ਕੇ ਤੰਬਾਰ ਮੁਰੱਬੇ 'ਤੇ ਗਈ। ਜਿਹੜੇ ਮੁਰੱਬੇ 'ਤੇ ਗਈ, ਉਧਰੋਂ ਉਹ ਚਲੀ ਗਈ ਹੈ, ਅਤੇ ਉਧਰੋਂ ਅਣਹੋਣੀ ਜਿਹੜੀ ਸੀ ਉਹ ਇੱਕ ਬੜੀ ਖੂਬਸੂਰਤ ਔਰਤ ਬਣ ਕੇ ਸਾਹਮਣੇ ਆ ਗਈ। ਸੈਨੋ, ਉਹ ਹਣਾਉਣੀ ਜਿਹੜੀ ਸੀ ਉਹ ਉਹਨੂੰ ਦਿਸਦੀ ਸੀ ਜਿਹਦੇ 'ਤੇ ਵਰਦ ਹੁੰਦੀ ਸੀ, ਆਮ ਬੰਦੇ ਨੂੰ ਦਿਸਦੀ। ਹੁਣ ਜਿਹੜੀ ਜੱਟ ਦੀ ਨੂੰਹ ਸੀ, ਉਹਨੂੰ ਤਾਂ ਕੋਈ ਸ਼ੈ ਨਹੀਂ ਦਿਸੀ, ਵੀ ਕੋਲ ਕੋਈ ਹੋਰ ਵੀ ਹੈਗਾ, ਅਤੇ ਜੱਟ ਤਾਂ ਵਿਹਦਾ ਪਿਆ ਸੀ। ਜੱਟ ਨੇ ਉਹਨੂੰ ਬੁਰੇ ਲਫ਼ਜ਼ ਬੋਲੇ, ਤੂੰ ਮੇਰਾ ਖਾੜਾ ਨਹੀਂ ਛੱਡਣ ਲੱਗੀ, ਲੈ ਜਾ ਮਗਰੋਂ ਸਾਡਿਓਂ, ਕਿਉਂ ਨਹੀਂ ਜਾਨ ਛੱਡਣੀ ਹੈ? ਬੜੇ ਗੁੱਸੇ ਨਾਲ, ਬੜੇ ਰੋਬ ਨਾਲ ਗੱਲ ਕੀਤੀ, ਅਤੇ ਭੈੜੇ ਬੁਰੇ ਲਫ਼ਜ਼ ਨੂੰ ਆਖੇ। ਹੁਣ ਜਿਹੜੀ ਉਹ ਨੂੰਹ ਸੀ, ਉਹਨੇ ਸੋਚਿਆ, ਬਈ ਹੋਰ ਤਾਂ ਇੱਥੇ ਹੈ ਕੋਈ ਨਹੀਂ, ਮੈਂ ਹਾਂ, ਇਹਨੂੰ ਸ਼ਰਮ ਨਹੀਂ ਆਈ ਮੇਰੇ ਨਾਲ ਇਹ ਜਾਂ ਗੱਲਾਂ ਕਰਨ ਲੱਗੇ ਨੂੰ, ਇਹਨੇ ਸਾਰਾ ਕੁਝ ਮੈਨੂੰ ਆਖਿਆ। ਵਾਹਵਾ ਹਿੰਮਤ ਵਾਲੀ ਸੀ, ਜੂ ਗੁੱਸਾ ਖਾ ਕੇ ਉਹਨੇ ਲਿੱਤਰ ਲਾਇਆ ਤਾਂ ਖਲੋ ਗਈ ਸਹੁਰੇ ਨੂੰ। ਜਲਵਾ ਉਹ 5-7 ਖੜਕਾਏ, ਉਸ ਟਾਈਮ ਉਹ ਤੁਰ ਪਿਆ। ਉਹਨੇ ਸੋਚਿਆ, ਬਸ ਹੁਣ ਕਣੀ ਜਿਹੜੀ ਨੇ ਖਤਮ ਹੋ ਗਈ ਹੈ, ਇਹ ਹੁਣੀ ਵਰਦ ਹੋ ਗਈ ਹੈ, ਹੁਣ ਮੇਰਾ ਕੱਖ ਨਹੀਂ ਛੱਡੇਗੀ ਹੈ।
ਉਹਨੇ ਸਾਰਾ ਕੁਛ ਸਜਣਾ ਉੱਥੇ ਛੱਡਿਆ ਅਤੇ ਟੁਰਦਾ 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 ਕਿਸੇ ਹੋਰ ਇਲਾਕੇ ਵਿੱਚ ਚਲਾ ਗਿਆ। ਜਦੋਂ ਕਿਸੇ ਹੋਰ ਇਲਾਕੇ ਵੀ ਗਿਆ ਤਾਂ ਸੋਚਦਾ ਵੀ ਆਖਰ ਪੇਟ ਪੂਜਾ ਵੀ ਤਾਂ ਕਰਨੀ ਹੈ, ਕੁਛ ਖਾਣਾ ਪੀਣਾ ਵੀ ਹੈ, ਭੁੱਖਾ ਤਾਂ ਨਹੀਂ ਰਿਹਾ ਜਾਂਦਾ, ਚਲੋ ਹੋਵੇ ਨਾ ਤਾਂ ਕਿਸੇ ਦਾ ਨੌਕਰ ਦਾ ਪੀਣਾ, ਕੋਈ ਕੰਮ ਕਾਰ ਕਰਾਂਗਾ ਤਾਂ ਰੋਟੀ ਪਾਣੀ ਖਾਂਦਾ ਨਾ ਆਉਂਦਾ। ਸਜਣੋ ਇੱਕ ਚੌਧਰੀ ਜੱਟ ਉਹਦੇ ਮੱਥੇ ਲੱਗਾ, ਉਹਨੂੰ ਨਾ ਕਿਹਾ ਬਈ ਚੌਧਰੀ ਸਾਹਿਬ ਨੌਕਰ ਲੈਣਾ। ਨਾ ਨੌਕਰ ਲੈਣਾ ਹੈ? ਹਾਂਜੀ। ਨਾ ਤਾਂ ਕੀ ਲੈਂਦਾ ਬਈ, ਤਨਖਾਹ ਕੀ ਲੈਂਦਾ? ਉਹਨਾਂ ਕਿਹਾ ਕੋਈ ਤਨਖਾਹ ਨਹੀਂ ਲੈਂਦਾ, ਸਿਰਫ ਰੋਟੀ ਦਿੱਤੀ ਰੱਖੀ। ਸਾਲ ਰਵਾਂ, ਦੋ ਰਵਾਂ, ਤਿੰਨ ਰਵਾਂ, ਚਾਰ ਰਵਾਂ, ਪੰਜ ਰਵਾਂ, ਜਿਹੜੇ ਰਵਾਂਗੇ ਤੇਰੇ ਕੋਲ ਕੋਈ ਸ਼ੈ ਨਹੀਂ ਲੈਂਦਾ, ਰੋਟੀ ਕੱਪੜਾ ਦਿੱਤੀ ਰੱਖੀ, ਕੰਮ ਤੇਰਾ ਕਰਾਂਗਾ ਡੱਟ ਕੇ, ਪਰ ਇੱਕ ਸ਼ਰਤ ਮੇਰੀ। ਮੈਂ ਓਕੇ ਹੀ। ਉਹਨੇ ਆਖਿਆ ਇੱਕ ਵੀਘਾ ਜ਼ਮੀਨ ਦਾ ਜਿਹੜਾ ਨਾ ਇਹ ਤੂੰ ਮੇਰੇ ਨਾਂ ਦਾ ਕਰਕੇ ਲੈਦਾ ਛੱਡਣਾ, ਇਹਦੇ ਵਿੱਚ ਤੂੰ ਦਖਲ ਨਹੀਂ ਦੇਣਾ, ਹੈਗਾ ਤੇਰਾ ਹੀ ਇਹ ਉਹ, ਲੇਕਿਨ ਮੇਰੇ ਨਾਂ ਦਾ ਹੈ, ਮੈਂ ਉਹਦੇ 'ਚ ਆਪਦੇ ਨਾਂ ਦੀ ਫਸਲ ਕੱਢਾਂਗਾ। ਉਹਨੇ ਆਖਿਆ ਵੀ ਠੀਕ ਹੈ, ਠੀਕ ਹੈ ਬਈ, ਮੈਨੂੰ ਮੁਕਤੀ ਬੰਦਾ ਵੀ ਚੱਲਦਾ, ਹੋਰ ਮੈਨੂੰ ਚਾਹੀਦਾ ਕੀ ਬਈ? ਕੋਈ ਗੱਲ ਨਹੀਂ, ਲੈ ਵੀ ਫਲਾਣਾ ਵੀਘਾ ਜਿਹੜਾ ਨਾ ਉਹ ਤੇਰੇ ਨਾਂ ਦਾ ਹੈ, ਉਹ ਤੂੰ ਆਪਦੇ ਨਾਂ ਦਾ ਗੱਡ ਲਿਆ ਕਰ, ਹਾਲਾਂਕਿ ਹੈਗਾ ਤਾਂ ਚੌਧਰੀ ਦਾ ਹੀ ਸਾਰਾ ਕੁਛ। ਲਓ ਸਜਣੋ, ਉਹ ਜੱਟ ਜਿਹੜਾ ਸੀ ਨਾ ਉੱਥੇ ਨੌਕਰ ਰਹਿ ਪਿਆ ਚੌਧਰੀ ਦਾ, ਅਤੇ ਕੰਮ ਕਰਦਾ ਰਿਹਾ, ਚੰਗਾ ਜਾਣਦਾਰੀ ਨਾਲ ਕੰਮ ਕਰੇ, ਨੀਅਤ ਨਾਲ ਕੰਮ ਕਰੇ। ਬਲਦਾਂ ਦੀਆਂ ਵਾਹੀਆਂ ਹੁੰਦੀਆਂ ਸਨ, ਇਹ ਟਰੈਕਟਰ ਉਹਨਾਂ ਦੌਰਾਂ ਵਿੱਚ ਘੱਟ ਹੁੰਦੇ ਸਨ, ਹਲ ਵਾਹੁਣੇ ਤਾਂ ਬਲਦਾਂ ਨਾਲ, ਸੰਡਿਆਂ ਨਾਲ ਵਾਹੁਣੇ ਵਾਲਾ। ਉਹ ਜਨਾਬ ਵਾਲੀ ਆਪਦੇ ਨਾਂ ਦਾ ਜਿਹੜਾ ਵਿਘਾ ਸੀ ਨਾ ਹੁੰਦਾ, ਉਹ ਆਪਦੇ ਨਾਂ ਦਾ ਗੱਡੇ ਉਹਦੇ ਵਿੱਚ ਸ਼ੈਕ ਨਾ ਹੋਵੇ, ਬਾਕੀ ਫਸਲ ਚੰਗਾ ਹੋਵੇ ਲੇਕਿਨ ਉਹਦੇ ਵਿੱਚ ਸ਼ੈਕ ਨਾ ਹੋਵੇ। ਉਹਨੇ ਇਸ ਵਾਸਤੇ ਆਖਿਆ ਸੀ ਕਿ ਮੇਰੇ ਨਾਂ ਦਾ ਵਿਘਾ ਇੱਕ ਛੱਡ, ਵੀ ਇਹਦੇ ਵਿੱਚ ਕੁਛ ਹੋਵੇ ਜਾਂ ਨਾ ਹੋਵੇ ਤੈਨੂੰ ਪਰੇਸ਼ਾਨੀ ਨਾ ਹੋਵੇ, ਤੈਨੂੰ ਕਿਸੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ, ਕਿਉਂ ਜਾਣਦਾ ਸੀ ਸਮਝਦਾ ਸੀ ਵੀ ਮੇਰੇ 'ਤੇ ਤਾਂ ਅਣਹੋਣੀ ਵਾਰਦ ਹੋਈ ਹੈ, ਮੇਰੇ ਤਾਂ ਫਸਲ ਹੋਣਾ ਹੀ ਨਹੀਂ, ਇਹਦਾ ਕੋਈ ਨੁਕਸਾਨ ਹੋਵੇ। ਇਸ ਵਾਸਤੇ ਉਹਨੇ ਉਹ ਇੱਕ ਵੀਘਾ ਜਿਹੜਾ ਸੀ ਨਾ ਆਪਦੇ ਨਾਂ ਦਾ ਉਹਦੇ ਕੋਲ ਰਖਵਾਇਆ ਸੀ। ਫਿਰ ਉਹ ਵੀ ਸੋਚੇ ਚੌਧਰੀ ਵੀ ਵਿਚਾਲੀ ਯਾਰ ਉਹ ਵੀਘਾ ਜਿਹੜਾ ਹੈ ਉਹ ਇਹਦੇ ਨਾਂ ਦਾ ਨਾ, ਕੁਛ ਹੋ ਪਵੇ ਤਾਂ ਹੋ ਪਵੇ, ਨਾ ਹੋਵੇ ਤਾਂ ਨਾ ਸੀ, ਮੇਰੇ ਕੋਲ ਲੈਂਦਾ ਤਾਂ ਕੋਈ ਨਹੀਂ ਨਾ ਪਿਆ, ਕੰਮ ਤਾਂ ਮੇਰਾ ਮੁਕਤੀ ਵੀ ਕਰਦਾ। ਲਓ ਸਜਣੋ, ਹਰ ਸਾਲ ਹੁਣ ਉਹ ਵੀਘਾ ਜਿਹੜਾ ਸੀ ਨਾ ਉਹ ਮਾੜੀ ਮਾੜੀ ਫਸਲ ਉਹਦੇ 'ਚ ਹੋਵੇ, ਨਹੀਂ ਤਾਂ ਕੋਈ ਸ਼ੈ ਨਾ ਹੋਵੇ, ਬਾਕੀ ਫਸਲ ਚੰਗਾ ਹੋਵੇ ਉਹਦੇ ਕੋਲ ਨਸ਼ਾ ਹੋਵੇ। ਕਰਦਾ ਕਰਾਉਂਦਾ ਜਿਹੜੇ ਕੋਈ ਦੋ ਤਰੇ ਸਾਲ ਗੁਜ਼ਰੇ, ਫਿਰ ਜਨਾਬ ਅਲੀ ਉਹਨੇ ਉਹ ਵੀਘਾ ਜਿਹੜੇ ਗੱਡਿਆ ਅਤੇ ਉਹਦੇ 'ਚ ਫਸਲ ਚੰਗਾ ਹੋ ਪਿਆ। ਜਿਹੜੇ ਫਸਲ ਚੰਗਾ ਹੋ ਪਿਆ ਨਾ ਉਹਦੇ 'ਚ ਵੀ ਉਹਨੇ ਮਲੂਮ ਕੀਤਾ ਵੀ ਮੇਰੇ ਹੁਣ ਦਿਨ ਜਿਹੜੇ ਨਾ ਅੱਲਾ ਕੀਤਾ ਤਾਂ ਫਿਰ ਪੈਣੇ। ਬਹਰਹਾਲ ਅਜੇ ਮੈਂ ਕੋਈ ਸਾਲ ਹੋਰ ਵੇਖ ਲਵਾਂ। ਫਿਰ ਅਗਲੇ ਸਾਲ ਫਿਰ ਜਿਹੜੇ ਫਸਲ ਉਹਦੇ 'ਚ ਗੱਡਿਆ ਉਹ ਫਸਲ ਉਹਦੇ ਚੌਧਰੀ ਦੇ ਫਸਲ ਨਾਲੋਂ ਵੀ ਚੰਗਾ ਹੋਇਆ, ਬੜਾ ਬਿਹਤਰੀਨ ਹੋਇਆ। ਉਸ ਟਾਈਮ ਉਹਨੇ ਗੱਲ ਕੀਤੀ, ਚੌਧਰੀ ਸਾਹਿਬ ਲੈ ਹੁਣ ਮੇਰੀ ਸਲਾਮਾਂ ਲੈ ਕੇ ਮੈਂ ਚੱਲਿਆ। ਉਹਨੇ ਆਖਿਆ ਕਿਉਂ ਬਾਈ? ਆਖਰ ਸਜਣੋ ਜਿਹਨੂੰ ਬੰਦਾ ਮੁਕਤੀ ਲੱਭਿਆ ਹੋਵੇ ਉਹਦਾ ਦਿਲ ਕਰਦਾ ਬੰਦਾ ਚਲਾ ਜਾਵੇ? ਉਹਨੇ ਆਖਿਆ ਯਾਰ ਤੈਨੂੰ ਕੋਈ ਪਰੇਸ਼ਾਨੀ ਹੈ ਤਾਂ ਤਾਂ ਦੱਸ, ਜੇ ਕੋਈ ਤਨਖਾਹ ਅੱਗੇ ਸ਼ੁਰੂ ਕਰਨੀ ਚਾਹਣਾ ਤਾਂ ਦੱਸ, ਕਿਉਂ ਜਾਣਾ ਛੱਡ ਕੇ?
ਕੰਮ ਕਰ, ਮਜ਼ਦੂਰੀ ਕਰਨੀ, ਮਿਹਨਤ ਕਰਨੀ, ਕਰ ਮਜ਼ਦੂਰੀ ਅਤੇ ਖਾ ਚੂਰੀ, ਕਿਉਂ ਜਾਣਾ ਬਾਈ? ਉਹਨੇ ਆਖਿਆ ਗੱਲ ਸੁਣ, ਤੈਨੂੰ ਮੈਂ ਗੱਲ ਸੁਣਾਉਣਾ, ਸੁਣ ਲਾ। ਉਹਨਾਂ ਨੂੰ ਗੱਲ ਸੁਣਾਉਣੀ ਸ਼ੁਰੂ ਕੀਤੀ। ਉਹਨੇ ਆਖਿਆ ਇਸ ਤਰ੍ਹਾਂ ਮੇਰੇ ਧਿਆਨ ਹੋਣੀ ਜਿਹੜੀ ਉਹ ਵਰਤ ਹੋਈ ਹੈ। ਜਦੋਂ ਮੇਰੇ ਧਿਆਨ ਹੋਣੀ ਵਰਤ ਹੋਈ ਹੈ ਨਾ, ਤਾਂ ਮੈਂ ਸਾਰਾ ਕੁਝ ਛੱਡ ਛਡਾ ਕੇ ਉੱਥੇ ਤੁਰ ਪਿਆ ਵੀ ਮੇਰੀ ਹੁਣ ਵਾਹ ਕੋਈ ਨਹੀਂ, ਅਤੇ ਤੇਰੇ ਕੋਲ ਆਣ ਕੇ ਤਾਂ ਮੈਂ ਇੱਥੇ ਮੁਲਾਜ਼ਮ ਰਹਿ ਪਿਆ। ਮੈਂ ਆਪ ਵੀ ਜ਼ਿਮੀਂਦਾਰ ਬੰਦਾ ਅਤੇ ਮੇਰਾ ਚੰਗਾ ਬੜਾ ਰਕਬਾ ਹੈ। ਮੈਂ ਐਵੇਂ ਮਾੜਾ ਮੋਟਾ ਨਹੀਂ ਬੰਦਾ, ਚੰਗਾ ਬੰਦਾ, ਅਤੇ ਮੈਂ ਤੇਰੇ ਕੋਲ ਆ ਗਿਆ ਇਸ ਵਾਸਤੇ ਤੇਰੇ ਨਾਲ ਨੌਕਰੀ ਰਿਹਾ ਕਿ ਮੇਰੇ ਦਿਨ ਜਦੋਂ ਫਿਰਨਗੇ ਮੈਂ ਚਲਾ ਜਾਵਾਂ। ਇਹ ਜਿਹੜਾ ਵਿਘਾ ਪੈਲੀ ਦਾ ਤੇਰੇ ਕੋਲ ਮੈਂ ਰਖਵਾਇਆ ਸੀ ਆਪਦੇ ਨਾਂ ਦਾ, ਇਹ ਇਸ ਵਾਸਤੇ ਰਖਵਾਇਆ ਸੀ ਕਿ ਮੈਂ ਆਪਦੀ ਕਿਸਮਤ ਅਜ਼ਮਾਉਂਦਾ ਰਹਾਂ। ਤਿੰਨ ਚਾਰ ਸਾਲਾਂ ਦੇ ਵਿੱਚ ਸ਼ਹੀ ਕੁੜੀ ਹੋਈ। ਮੈਂ ਮਲੂਮ ਕੀਤਾ ਵੀ ਅਜੇ ਮੇਰੇ 'ਤੇ ਹੋਣੀ ਦਾ ਅਸਰ ਹੈਗਾ ਹੈ। ਹੁਣ ਆਖਰ 'ਤੇ ਫਿਰ ਫਸਲ ਚੰਗਾ ਹੋਇਆ ਪਿਛਲੇ ਸਾਲ, ਅਤੇ ਮੈਂ ਸਮਝ ਗਿਆ ਕਿ ਮੇਰੇ 'ਤੇ ਹੋਣੀ ਜਿਹੜੀ ਉਹ ਟਲ ਚੁੱਕੀ ਹੈ। ਫਿਰ ਮੈਂ ਤਜਰਬਾ ਕੀਤਾ ਵੀ ਨਹੀਂ ਇੱਕ ਸਾਲ ਹੋਰ ਵੇਖ ਲੈਂਦਾ। ਉਹ ਇਸ ਸਾਲ ਵੇਖਿਆ ਹੁਣ ਤਾਂ ਵੇਖ ਤੇਰੇ ਨਾਲ ਫਸਲ ਮੇਰਾ ਦੂਣਾ ਨਹੀਂ ਹੋਇਆ। ਇੱਥੇ ਮਲੂਮ ਹੁੰਦਾ ਕਿ ਹੁਣੀ ਜਿਹੜੀ ਉਹ ਜਾਨ ਛੱਡ ਗਈ ਹੈ। ਹੁਣ ਮੈਨੂੰ ਇਜਾਜ਼ਤ ਦੇ, ਮੈਂ ਹੁਣ ਆਪਦੇ ਘਰ ਚੱਲਿਆ। ਉਹ ਜੱਟ ਬੰਦਾ ਜਿਹੜਾ ਚੌਧਰੀ ਸੀ ਉਹ ਗੱਲ ਨੂੰ ਸਮਝ ਗਿਆ। ਸਮਝਦਾਰ ਬੰਦੇ ਸਨ, ਕੋਈ ਅਸਲੋਂ ਹੀ ਪਾਗਲ ਤਾਂ ਨਹੀਂ ਹੁੰਦੇ। ਉਹਨੇ ਆਖਿਆ ਗੱਲ ਸੁਣ, ਤੂੰ ਯਾਰ ਮੇਰੀ ਬੜੀ ਖਿਦਮਤ ਕੀਤੀ ਹੈ, ਚਾਰ ਪੰਜ ਸਾਲ ਹੋ ਗਏ ਤੈਨੂੰ ਮੇਰੇ ਕੋਲ ਇੱਥੇ, ਹੁਣ ਤੂੰ ਵਿਹਲੇ ਇੱਥੇ ਜਾਏ ਤਾਂ ਮੈਨੂੰ ਵਾਰਾ ਨਹੀਂ ਖਾਂਦਾ, ਕਿਉਂਕਿ ਤੇਰੇ 'ਤੇ ਹੁਣੀ ਵਾਰਦ ਹੋਈ ਸੀ। ਤੇਰੇ ਜੀਆ ਜੰਤ ਜਿਹੜੇ ਪਿੱਛੇ ਨੇ ਉਹ ਤਾਂ ਵੇਚ ਵਾਟ ਕਰ ਬਲਾ ਖਾ ਪਏ ਉਹਨਾਂ ਨੇ, ਤੇਰੇ ਕੋਲ ਕੀ ਰਹਿ ਗਿਆ ਹੋਣਾ? ਕੁਛ ਵੀ ਨਹੀਂ। ਲੈ ਜਾਂਦਾ ਜਾਂਦਾ ਤੈਨੂੰ ਮੈਂ ਇੱਕ ਦਾਂਦਾਂ ਦੀ ਯੋਗ ਦੇਣਾ, ਇਹ ਲਈਏ ਤਾਂ ਆਪਦਾ ਹਲਵਾ ਵੀ ਇਹਦੇ ਨਾਲ, ਆ ਇੱਕ ਮੱਝ ਵੀ ਲੈ ਲਾ ਦੁੱਧ ਪੀਣ ਲਈ। ਸਾਨੂੰ ਦਿਨ 'ਚ ਫਿਰ ਪਸੰਦ, ਫਿਰ ਉਹਨੂੰ ਸਾਰਾ ਕੁਝ ਮਿਲਣਾ ਸੀ, ਖੋਤੀ ਵੀ ਦੇਤੀ ਪੱਠੇ ਢੋਣ ਵਾਸਤੇ, ਦਾਣੇ ਵੀ ਦਿੱਤੇ, ਕੋਈ ਮੂੰਜੀ ਦਿੱਤੀ, ਪੈਸਾ ਪਾ ਵੀ ਦਿੱਤਾ, ਸਹਿ ਕੁਝ ਦਿੱਤਾ ਉਹਨੂੰ, ਅਤੇ ਵਿਦਿਆ ਕੀਤਾ ਉਹਨੇ ਹਲੇ ਜਾ ਦੁਆਈ ਕਰਦਾ ਨਹੀਂ ਤਾਂ ਜਾ ਆਪਦੇ ਵਤਨ 'ਤੇ। ਸਜਣੋ ਉਹ ਜੱਟ ਜੇ ਲਿਆਇਆ ਵਾਪਸ ਆਪਦੇ ਵਤਨ 'ਤੇ, ਅਤੇ ਜਿਹੜੇ ਲੋਕਾਂ ਨੇ ਵੇਖਿਆ ਉਹਨਾਂ, ਵਾਹ ਬਾਈ ਵਾਹ, ਜੱਟ ਆ ਗਿਆ, ਜੱਟ ਆ ਗਿਆ, ਜੱਟ ਆ ਗਿਆ, ਬਹਿ ਜਾ ਹੋ ਗਈ। ਉਹ ਹੁਣ ਜਦੋਂ ਘਰ ਗਿਆ, ਉਹਨਾਂ ਬੰਦਿਆਂ ਸਾਰਿਆਂ ਨੇ ਪੁੱਛਿਆ ਆ ਕੇ, ਜਾ ਕਿੱਧਰ ਸੈਂ? ਸਜਣੋ ਉਹਨੇ ਸਾਰੀ ਗੱਲ ਉਹਨਾਂ ਨੂੰ ਵੀ ਸੁਣਾਈ। ਜਦੋਂ ਘਰ ਗਿਆ, ਉਹਦੇ ਦਿਨ ਫਿਰ ਚੁੱਕੇ ਹੋਏ ਸਨ, ਉਹਦੇ ਦਿਨ ਚੰਗੇ ਆ ਗਏ ਸਨ, ਉਹਨੂੰ ਜਿਹੜੀ ਸੀ ਜਿਹਨੇ ਉਹਨੂੰ ਲਿੱਤਰ ਮਾਰੇ ਸਨ, ਉਹ ਆਈ ਅਤੇ ਆਣ ਕੇ ਸਹੁਰੇ ਦੇ ਕਦਮਾਂ 'ਤੇ ਡਿੱਗ ਪਈ, ਕਦਮਾਂ 'ਤੇ ਡਿੱਗ ਪਈ, ਅਤੇ ਆਖਿਆ ਅੱਬੂ ਜੀ ਮੇਰੇ ਕੋਲ ਬੜੀ ਗਲਤੀ ਹੋਈ ਹੈ, ਇਹ ਗਲਤੀ ਮੇਰੀ ਮੈਨੂੰ ਮਾਫ਼ ਕਰੋ, ਨਹੀਂ ਤਾਂ ਮੈਂ ਖੁਦਾ ਦੀ ਬਾਰਗਾਹ 'ਚ ਰੱਦੀ ਜਾਵਾਂਗੀ। ਸਹੁਰੇ ਨੇ ਉਹਨੂੰ ਆਖਿਆ, ਪੁੱਤਰ ਤੇਰਾ ਗੁਨਾਹ ਕੋਈ ਨਹੀਂ, ਤੇਰੇ ਕੋਲ ਕੋਈ ਗਲਤੀ ਨਹੀਂ ਹੋਈ, ਇਹ ਮੇਰੇ ਨਾਲ ਇਹ ਗੱਲ ਵਾਕਿਆ ਹੋਇਆ ਕਿ ਮੇਰੇ 'ਤੇ ਉਸ ਟਾਈਮ ਅਣਹੋਣੀ ਵਰਤ ਹੋ ਗਈ ਸੀ। ਅਣਹੋਣੀ ਜਿਹੜੀ ਸੀ, ਉਹਨੇ ਆਖਿਆ ਮੈਂ ਇੱਕ ਔਰਤ ਦੀ ਸ਼ਕਲ ਤੇਰੇ ਕੋਲ ਆਵਾਂਗੀ, ਉਸ ਟਾਈਮ ਜਿਸ ਤੂੰ ਮੇਰੇ ਕੋਲ ਗਈ ਹੈ ਖਾਣਾ ਲੈ ਕੇ, ਉਸ ਟਾਈਮ ਅਣਹੋਣੀ ਵੀ ਆ ਗਈ ਹੈ, ਉਹ ਇੱਕ ਬੜੀ ਖੂਬਸੂਰਤ ਔਰਤ ਬਣ ਕੇ ਆਈ ਖੜੀ ਸੀ, ਤੇਰੇ ਕੋਲ ਖੜੀ ਸੀ,
ਮੇਰਾ ਮੂੰਹ ਤਾਂ ਫਿਰ ਤੇਰੇ ਪਾਸੇ ਹੀ ਹੋਣਾ ਸੀ, ਕਿਉਂਕਿ ਉਹਨੂੰ ਮਿਲਣਾ ਪਿਆ ਸਾਂ। ਉਹਦੇ ਨਾਲ ਮੈਂ ਗੱਲਬਾਤ ਕਰਦਾ ਸਾਂ ਵੀ ਮੇਰਾ ਪਿੱਛਾ ਤੂੰ ਨਹੀਂ ਛੱਡਿਆ, ਲੈ ਜਾ ਮਗਰੋਂ ਕੁੱਤੀਏ, ਬਥੇਰੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਇਹ ਮੈਂ ਉਹਨੂੰ ਕੀਤੀਆਂ ਨੇ, ਤੈਨੂੰ ਨਹੀਂ ਸਰ ਕੀਤੀਆਂ, ਕਿਉਂਕਿ ਉਹ ਤੈਨੂੰ ਨਜ਼ਰ ਨਹੀਂ ਸੀ ਆਉਂਦੀ, ਨਮਿੰਦ ਨਜ਼ਰ ਆਉਂਦੀ ਪਈ ਸੀ। ਇਸ ਵਾਸਤੇ ਤੂੰ ਇਹ ਸਮਝਿਆ ਬਈ ਇਹ ਸਾਰੀਆਂ ਗੱਲਾਂ ਸਹੁਰੇ ਨੇ ਮੈਨੂੰ ਆਖੀਆਂ ਨੇ, ਅਤੇ ਤੂੰ ਗੁੱਸਾ ਖਾ ਕੇ ਤਾਂ ਮੈਨੂੰ ਕੁੱਟ ਕੱਢਿਆ, ਇਹਨੂੰ ਵੀ ਤੇਰਾ ਕਸੂਰ ਕੋਈ ਨਹੀਂ। ਅਤੇ ਮੈਂ ਫਿਰ ਇਹ ਮਲੂਮ ਕੀਤਾ ਬਈ ਅਗਰ ਇੱਥੇ ਰਵਾਂਗਾ ਤਾਂ ਮੇਰਾ ਇਹੋ ਹਾਲ ਹੀ ਰਹਿਣਾ, ਚਲੋ ਹੋਵੇ ਨਾ ਤਾਂ ਮੈਂ ਪਿੰਡ ਹੀ ਛੱਡ ਦਿੰਦਾ। ਤਾਂ ਵਾਸਤੇ ਪਿੰਡ ਛੱਡ ਕੇ ਅਤੇ ਫਲਾਣੇ ਇਲਾਕੇ 'ਚ ਪਹੁੰਚਿਆ, ਉੱਥੇ ਇੱਕ ਚੌਧਰੀ ਹੈ ਚੰਗਾ ਪੁੱਜਦਾ ਮੋਟਾ ਬੰਦਾ, ਉਹਦੇ ਨਾਲ ਨੌਕਰ ਨੇ, ਉਹਦੀ ਜ਼ਮੀਨ ਇੱਕ ਵੀਘਾ ਆਪਦੇ ਨਾਂ ਦੀ ਰੱਖ ਕੇ ਅਤੇ ਵਾਹਦਾ ਰਿਹਾ, ਆਪਦੀ ਕਿਸਮਤ ਅਜ਼ਮਾਉਂਦਾ ਰਿਹਾ ਤਾਂ ਕਿ ਮੇਰੀ ਕਿਸਮਤ ਦਾ ਮੈਨੂੰ ਪਤਾ ਚੱਲੇ ਵੀ ਜਾਗੀ ਹੈ ਜਾਂ ਨਹੀਂ। 3-4 ਸਾਲ ਮੈਂ ਉਹ ਪੈਲੀ ਵਾਹੀਏ, ਉਹਦੀ ਕੋਈ ਸ਼ੈ ਨਹੀਂ ਹੋਈ, ਨੈ 1 ਸਾਲ ਉਹਦੇ 'ਚ ਪੈਲੀ ਚੰਗੀ ਫਸਲ ਹੋਈ ਹੈ। ਮੈਂ ਮਲੂਮ ਕੀਤਾ ਵੀ ਹੁਣ ਦਿਨ ਫਿਰ ਪੈਣੇ, ਇਸ ਸਾਲ ਫਿਰ ਚੰਗਾ ਫਸਲ ਰੀਝ ਵਾਲਾ ਹੋਇਆ ਹੈ, ਤਾਂ ਮੈਂ ਯਕੀਨ ਕਰ ਲਿਆ ਕਿ ਮੇਰੇ ਤੋਂ ਹੋਣੀ ਟਲ ਚੁੱਕੀ ਹੈ। ਫਿਰ ਮੈਂ ਉਹਨੂੰ ਚੌਧਰੀ ਨੂੰ ਆਖਿਆ ਵੀ ਮੈਨੂੰ ਇਜਾਜ਼ਤ ਦਿਓ, ਉਹਨੇ ਬਥੇਰੀ ਕੋਸ਼ਿਸ਼ ਕੀਤੀ ਵੀ ਜਾਏ ਨਾ, ਪਰ ਲੇਕਿਨ ਮੇਰਾ ਆਪਦਾ ਰਕਬਾ ਹੈ, ਮੈਂ ਕਿਉਂ ਛੱਡਾਂ ਬਈ, ਮੈਂ ਉਹਦੇ ਕੋਲ ਇਜਾਜ਼ਤ ਲਈਏ। ਉਹਨੇ ਫਿਰ ਦਾਂਦਾਂ ਦੀ ਜੋੜੀ ਮੱਝ ਖੋਤੀ ਵੀ ਨਾਲ, ਦਾਣਾ ਪੱਕਾ ਵੀ, ਪੈਸਾ ਪਾ, ਹਰ ਸ਼ੇ ਉਹਨੇ ਮੈਨੂੰ ਦਿੱਤੀ ਹੈ ਬਈ ਮੈਂ ਖੁਦਾ ਕੋਲ ਜਾਣਾ ਅਤੇ ਮੈਂ ਤੇਰਾ ਹੱਕ ਰੱਖਾਂ, ਤੂੰ ਇੰਨਾ ਸਾਲ ਮੇਰਾ ਕੰਮ ਕੀਤਾ ਹੈ, ਲਈ ਦੇ ਸ਼ੈ ਕੋ ਨਹੀਂ, ਹੁਣ ਵਿਹਲੇ ਹੱਥੀ ਜਾਏ ਤਾਂ ਮੈਨੂੰ ਵਾਰਾ ਨਹੀਂ ਖਾਂਦੀ, ਇਹ ਸਾਰਾ ਕੁਛ ਮੈਨੂੰ ਉਹਨੇ ਦਿੱਤਾ। ਇਸ ਵਾਸਤੇ ਕਿ ਹਣਾਉਣੀ ਵਰਦ ਹੋਈ ਮੱਧ ਘਰ ਦੇ ਵਿੱਚ ਕੁਛ ਹੈਗੀ ਜਾਂ ਨਹੀਂ ਹੈਗੀ, ਉਸਦੇ ਨੂੰਹ ਜਿਹੜੀ ਸੀ ਉਹਨੇ ਫਿਰ ਦੁਬਾਰਾ ਉਹਦੇ ਕੋਲ ਮਾਫ਼ੀ ਮੰਗੀ ਵੀ ਮੈਨੂੰ ਮਾਫ਼ੀ ਦਿਓ ਤੁਸੀਂ ਇਸ ਗੱਲ ਦੀ, ਲੇਕਿਨ ਉਹਨੇ ਮਾਫ਼ੀ ਦੇ ਛੱਡੀ। ਉਹਨੇ ਫਿਰ ਸਾਰਾ ਹਾਲ ਸੁਣਾਇਆ ਕਿ ਉਸ ਦਿਨ ਤੋਂ ਲੱਗ ਕੇ ਘਰ ਦੇ ਵਿੱਚ ਕੋਈ ਸ਼ੈ ਨਹੀਂ ਰਹੇਗੀ, ਅਸੀਂ ਹਰ ਸ਼ੈ ਡੰਗਰ ਢੋਰ ਵੇਚ ਕੇ ਖਾ ਪੀ ਗਏ ਹਾਂ, ਅਤੇ ਵੇਹ ਦੇ ਪੈਸਾ ਵੀ ਕੀ ਕਰੀਏ ਕਿਹੜੇ ਦਿਨ ਜਾਈਏ, ਅਤੇ ਅੱਲਾ ਨੇ ਫਜ਼ਲ ਕੀਤਾ ਹੈ ਹੁਣ ਹੁਣੀ ਟਲ ਗਈ ਹੈ, ਤੁਸੀਂ ਆ ਗਏ ਹੋ, ਅਤੇ ਹੁਣ ਆਪਦਾ ਕਾਰੋਬਾਰ ਜਿਹੜਾ ਕਰੋ ਸੰਭਾਲੋ। ਸਜਣੋ ਉਹ ਆਪਦਾ ਕਾਰੋਬਾਰ ਕਰਨ ਲੱਗ ਪਿਆ, ਲਹਿਰਾਂ ਬਹਿਰਾਂ ਹੋ ਗਈਆਂ, ਕਿਉਂਕਿ ਹੁਣੀ ਵਰਦ ਹੋਈ ਸੀ ਅਤੇ ਉਹ ਟਲ ਚੁੱਕੀ। ਗੱਲ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਦਿਨ ਮੰਦੇ ਚੰਗੇ ਇਨਸਾਨ 'ਤੇ ਆਉਂਦੇ ਰਹਿੰਦੇ ਨੇ, ਅੱਜ ਦਿਨ ਮੰਦੇ ਨੇ ਤਾਂ ਕੱਲ੍ਹ ਨੂੰ ਚੰਗੇ ਵੀ ਆ ਸਕਦੇ ਨੇ, ਬੰਦੇ ਨੂੰ ਇਸ ਗੱਲ 'ਚ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਬਈ ਮੇਰੇ ਤਾਂ ਦਿਨ ਭੈੜੇ ਨੇ, ਮੇਰਾ ਹੱਥ ਬਹੁਤ ਤੰਗ ਹੈ, ਇਹ ਟਲਦਾ ਪਰਛਾਵਾਂ ਰਿਜਕ, ਕਿਸੇ ਟਾਈਮ ਚੋਖਾ ਅਤੇ ਕਿਸੇ ਟਾਈਮ ਥੋੜ੍ਹਾ, ਇਹ ਆਉਣ ਜਾਣ ਵਾਲੀ ਚੀਜ਼ ਹੈ, ਘਬਰਾਉਣਾ ਨਹੀਂ ਚਾਹੀਦਾ, ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਅਤੇ ਅੱਲਾ ਤਾਲਾ ਸਭ ਨੂੰ ਰਿਜਕ ਪਾਣੀ ਦੇਵੇ ਅਤੇ ਖੈਰ ਖਰੀਦ ਰੱਖੇ ਅਤੇ ਹਰ ਇੱਕ ਦੇ ਕਾਰੋਬਾਰ 'ਚ ਅੱਲਾ ਤਾਲਾ ਬਰਕਤ ਪਾਏ। ਸਜਣੋ ਇਹ ਕਹਾਣੀ ਇੱਥੇ ਮੁਕੰਮਲ ਹੋਈ। ਦੋਸਤਾਂ ਅੱਗੇ ਮੈਂ ਵਾਰ ਵਾਰ ਦਰਖਾਸਤ ਕਰਦਾ ਰਹਿੰਦਾ ਹੁੰਦਾ ਕਿ ਮੈਂ ਰੋਜ਼ਾਨਾ ਗੱਲ ਜਿਹੜੀ ਹੈ ਸ਼ਾਮ ਨੂੰ 7 ਵਜੇ ਦੋਸਤਾਂ ਨੂੰ ਸੁਣਾਉਣੀ ਹੁੰਦੀ ਹੈ। ਮੇਰੀ ਕਹਾਣੀ ਸੁਣਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਔਨ ਕਰੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਹ ਕੰਮ ਨਹੀਂ ਕੀਤਾ ਉਹ ਕਰੋ, ਲਾਈਕ ਅਤੇ ਕਮੈਂਟ ਵੀ ਕੀਤਾ ਕਰੋ, ਅਤੇ ਜਿਹੜੇ ਲਾਈਕ ਅਤੇ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਅੱਗੇ ਸੱਜਣਾ ਦੋਸਤਾਂ ਅੱਗੇ ਸ਼ੇਅਰ ਵੀ ਕੀਤਾ ਕਰੋ।
ਠੀਕ ਹੈ। ਅਤੇ ਹੁਣ ਤੁਸੀਂ ਸ਼ਰਫਤ ਅਲੀ ਰਹਿਮਾਨੀ ਨੂੰ ਇਜਾਜ਼ਤ ਦਿਓ, ਜ਼ਿੰਦਗੀ ਰਹੀ, ਕੱਲ੍ਹ ਸ਼ਾਮ ਨੂੰ 7 ਵਜੇ ਇਨਸ਼ਾਅੱਲਾ ਨਵੀਂ ਕਹਾਣੀ ਦੇ ਨਾਲ ਮੈਂ ਹਾਜ਼ਰ ਹੋਵਾਂਗਾ ਜੀ। ਅਸਲਾਮ ਅਲੈਕੁਮ ਪਾਕਿਸਤਾਨ, ਜ਼ਿੰਦਾਬਾਦ।